ਜੱਟਾਂ ਦੇ ਮਰਾਸੀਆਂ ਸੀ ਉਹਨਾਂ ਦੇ ਸੁਨੇਹੇ ਵੀ ਲਿਜਾਣੇ ਉਹਨਾਂ ਦਾ ਜੋ ਵੀ ਨੂੰਹ ਧੀ ਨੂੰ ਲਿਜਾਣਾ ਲਿਆਉਣਾ ਉਹ ਵੀ ਅਸੀਂ ਕਰਦੇ ਤਾਂ ਨਕਲਾਂ ਵੀ ਅਸੀਂ ਆਪੇ ਕਰਦੇ ਹਾਂ ਅਤੇ ਜਿਹੜੇ ਨਕਲਾਂ ਨਹੀਂ ਕਰਦੇ ਉਹ ਆਪਣੇ ਆਪ ਨੂੰ ਸਾਤੋਂ ਵੀ ਉੱਚਾ ਕਹਾਉਂਦੇ ਆ ਸਾਤੋਂ ਉੱਚੇ ਕਹਾਉਂਦੇ ਆ ਅਤੇ ਉਹ ਸਿਰਫ ਇੰਨਾ ਹੀ ਕੰਮ ਕਰਦੇ ਆ ਜਿਹੜੇ ਭਾਂਡਵਾ ਜਨੇਤਾ ਮੰਗ ਸਕਦੇ ਅਸੀਂ ਮਹਿਫਲੀ ਬੰਦੇ ਹਾਂ ਅਸੀਂ ਸਾਰੀਆਂ ਮਹਿਫਲਾਂ ਅਟੈਂਡ ਕਰਦੇ ਹਾਂ ਡਾਕਟਰ ਕੋਲੋਂ 100 ਰੁਪਏ ਦੀ ਵੀ ਦਵਾ ਲਵੋ 200 ਦੀ ਵੀ ਲਓ 1000 ਦੀ ਵੀ ਲੈ ਲਓ ਤਾਂ ਉਹ ਫਿਰ ਇਹ ਕਹਿੰਦੇ ਮਨ ਖੁਸ਼ ਰੱਖਿਆ ਕਰੋ ਮਨ ਖੁਸ਼ ਰੱਖਿਆ ਕਰੋ ਮਨ ਕਿੱਦਾਂ ਖੁਸ਼ ਹੋ ਜਾਵੇ ਇਹ ਤਾਂ ਕੰਮ ਜਾਂਦਾ ਹੀ ਰਿਹਾ ਇਹ ਤਾਂ ਕੋਈ ਸੁਣਦਾ ਹੀ ਨਹੀਂ ਹੈ ਅੱਜ ਕੱਲ੍ਹ ਤਾਂ ਹੀ ਮੱਠੇ ਪਏ ਹੋਏ ਹਾਂ ਕੋਈ ਸੁਣਦਾ ਹੀ ਨਹੀਂ ਹੈ ਇਸ ਗੱਲ ਨੂੰ ਪਸੰਦ ਹੀ ਨਹੀਂ ਕੋਈ ਕਰਦਾ ਵੀ ਇਹ ਤਾਂ ਐਵੇਂ ਬਕਵਾਸ ਹੀ ਆ ਇਸ ਕਰਕੇ ਇਹਦੇ ਵਿੱਚ ਮਨ ਪਰਚਾਵਾ ਵੀ ਬਹੁਤ ਹੁੰਦਾ ਸੀਗਾ ਵੀ ਜੇ 2 ਘੰਟੇ ਵੀ ਅਸੀਂ ਨਕਲਾਂ ਕਰੀਏ 3 ਘੰਟੇ ਵੀ 4 ਘੰਟੇ ਵੀ ਕਰੀਏ ਤਾਂ ਹਸਾ ਹੀ ਜਾਣਾ ਹਾਂਜੀ ਜਨਾਬ ਹੋ ਸਰਾਬ ਮਾਈ ਰਾਜੀ ਉਹ ਨਿਕਲ ਗਈ ਗੱਲ ਸੁਣ ਅੱਛਾ ਇਹ ਆਦਮੀ ਤਾਂ ਲੱਗਦਾ ਚੰਗਾ ਅੱਛਾ ਇਹ ਆਦਮੀ ਲੱਗਦਾ ਚੰਗਾ ਇਹਨੂੰ ਮਹਿਫਲ ਦੇ ਵਿੱਚ ਬੋਲਣ ਦਾ ਫਰਕ ਜ਼ਰੂਰ ਆ ਲੇਕਿਨ ਇਹਨੂੰ ਬੋਲਣਾ ਨਹੀਂ ਆਉਂਦਾ ਜਿੱਦਾਂ ਕਹਿੰਦੇ ਸੰਗਤ ਕਾ ਫਲ ਹੋਤ ਹੈ ਕਿਆ ਕਰੇ ਕੁਲ ਸ਼ੁੱਧ ਇੱਕ ਦਹੀ ਕੀ ਛਿੱਟ ਸੇ ਵਿਗੜ ਜਾਵੇ ਸਭ ਦੁੱਧ ਇਹ ਦੁੱਧ ਮੈਂ ਦੁੱਧ ਹਾਂ ਮੈਂ ਦੁੱਧ ਹਾਂ ਮੈਂ ਵੀ ਦੇਖਾਂ ਜਦ ਮੈਂ ਘਰੋਂ ਤੁਰਿਆ ਫਿਰ ਮੈਂ ਚਿੱਟਾ ਬਹੁਤ ਹਾਂ ਮੈਂ ਦੁੱਧ ਹਾਂ ਕਿਤੇ ਬਾਤੇ ਛਲਕਾ ਨਾ ਲੱਗ ਜਾਏ ਇਹ ਸ਼ਾਦੀ ਨਹੀਂ ਕੀ ਚੁੰਗੂਗਾ ਮੇਰੇ ਦੁੱਧ ਨਾ ਪਰੇ ਹਾਂ ਭਾਈ ਗੱਲ ਸੁਣ ਗੁਫ਼ਤਗੂ ਕਰਨ ਇਹ ਹੁੰਦੇ ਸੀ ਕੰਜਰੀ ਨੂੰ ਲੈ ਆਉਣਾ ਉਹਨੂੰ ਵੀ ਸਾਈਜ਼ ਦੇ ਦੇਣੀ ਨਕਲੀਆਂ ਨੂੰ ਵੀ ਸਾਈਜ਼ ਦੇ ਦੇਣੀ ਫਿਰ ਉਹਨ 2-4 ਗਿੱਧ ਜਾਂ ਕਵਾਲੀ ਜਾਂ ਰਿਕਾਰਡ ਉਸ ਜ਼ਮਾਨਿਆਂ ਦੇ ਜੋ ਹੋਣੇ ਉਹ ਗਾਉਣੇ ਅਤੇ ਨਕਲੀਆਂ ਨੂੰ ਉੱਠ ਕੇ ਨਕਲ ਕਰ ਦੇਣੀ ਚਲੋ ਜੀ ਇਹ ਗੱਲ ਹੋ ਗਈ ਫਿਰ ਇੱਥੇ ਤੱਕ ਆ ਗਿਆ ਕੰਮ ਇਹ ਮਰਸੀਆਂ ਦੇ ਮਰਸੀਆਂ ਪਿੰਡ ਦੇਖਿਆ ਜਾਣਦੇ ਮਰਸੀਆਂ ਦੇ ਸੀਗੇ ਨਟ ਉਹ ਹੋਰ ਕੌਮ ਸੀਗੀ ਯਾਨੀ ਜਿਹੜੀ ਕਹਿੰਦੇ ਹੁੰਦੇ ਬਾਜ਼ੀ ਨਟ ਦੀ ਤਾਂ ਖੇਤੀ ਜੱਟ ਦੀ ਇਹ ਕਹਿੰਦੇ ਹੁੰਦੇ ਉਹ ਯਾਨੀ ਨਟ ਸੀਗੇ ਉਹ ਨਕਲਾਂ ਕਰਨ ਲੱਗ ਪਏ ਉਹਨੇ ਫਿਰ ਆਪਣੇ ਉਹ ਆਜ਼ਾਦ ਬੰਦੇ ਸੀਗੇ ਉਹਨੇ ਫਿਰ ਆਪਣੀ ਲੜਕੀ ਨਚਾਈ ਮਹਿਫਲ ਦੇ ਵਿੱਚ ਉਹਨੂੰ ਲਿਜਾਣ ਲੱਗ ਪਿਆ ਸਾਈਆਂ 'ਤੇ ਇਹਨਾਂ ਨਕਲੀਆਂ ਨੂੰ ਸਾਡੇ ਆ ਜਿਹੜੇ ਇੱਧਰਲੇ ਦੁਆਬੇ ਦੇ ਸੀ ਇਹਨਾਂ ਨੂੰ ਫਿਕਰ ਪੈ ਗਿਆ ਵੀ ਹੁਣ ਤਾਂ ਅਸੀਂ ਮਰ ਗਏ ਸਮਝ ਲਓ ਰਹਿ ਗਏ ਹੁਣ ਸਾਨੂੰ ਕਿਹਨੂੰ ਸੁਣਨਾ ਆ ਇਹਨੇ ਫਿਰ ਮੁੰਡਾ ਆਜ਼ਾਦ ਕੀਤਾ ਮੁੰਡੇ ਦੇ ਕੱਪੜੇ ਜਨਾਨੇ ਪਵਾ ਕੇ ਤਾਂ ਫਿਰ ਇਹ ਆਪਣੇ ਸਾਰਾ ਫਿਰ ਡਰਾਮੇ ਚੱਲ ਪਿਆ ਕੀਮਾ ਮਲਕੀ ਸੋਹਣਾ ਜੈਨੀ ਆਪਣੇ ਸੋਹਣੀ ਮਹੀਵਾਲ ਉਹ ਹਸ਼ਮਤ ਸਿਗਾ ਇਹਦੇ ਦਾ ਉਹ ਡਰਾਮੇ ਬਣਾਉਣ ਲੱਗ ਪਏ ਅਤੇ ਇਹ ਫਿਰ ਇਹਨਾਂ ਦਾ ਸਾਰਾ ਹੀ ਕੰਮ ਚੱਲ ਪਿਆ ਫਿਰ ਸਾਰਾ ਗਰੁੱਪ ਚੱਲ ਪਿਆ ਫਿਰ ਨਾਚ ਵੀ ਵਿੱਚੇ ਹੀ ਡਰਾਮੇ ਵੀ ਵਿੱਚੇ ਹੀ ਸਭ ਕੁਛ ਹੋਣ ਲੱਗ ਪਿਆ ਸ਼ਹਿਰੀਏ ਦੇ ਪ੍ਰਾਹੁਣਾ ਆ ਜਾਂਦਾ ਅਤੇ ਉਹਦੇ ਦਿਲ 'ਚ ਹੁੰਦੀ ਆ ਵੀ ਕਿਤੇ ਉੱਦਾਂ ਹੀ ਨਿਕਲ ਜਾਏ ਤਾਂ ਖਰਾ ਆ ਕਿਉਂ ਰੋਟੀ ਨਾ ਖਿਲਾਉਣੀ ਪੈ ਜਾਵੇ ਸ਼ਹਿਰੀਏ ਤਿੱਖੇ ਹੁੰਦੇ ਆ ਇਸ ਕੰਮ ਨੂੰ ਉਹਨੇ ਸੋਚਿਆ ਵੀ ਚਲੋ ਤੀਵੀਂ ਅੱਗੇ ਉੱਦਾਂ ਦੀ ਸੀ
ਉਹਨੂੰ ਕਹਿਤਾ ਵੀ ਚੱਲ ਭਾਈ ਇਹਨੂੰ ਰੋਟੀ ਖਿਲਾ। ਉਹ ਕਹਿੰਦੀ ਕੋਈ ਗੱਲ ਨਹੀਂ ਲੈ ਆ। ਦੋਹਾਂ ਸਲਾਹ ਲਾਈ ਉਹ ਸੀ, ਸਲਾਹ ਲਾ ਲਈ, ਹੁਣ ਬਣਾਇਆ ਕੁਛ ਵੀ ਨਾ, ਖਾਣੇ ਉਹਦਾ ਨਾਂ ਲਵੇ ਜਿਹੜੇ ਹੁਣ ਦੇਖੇ ਵੀ ਨਾ ਹੋਣ। ਮੁਰਗਾ, ਬਟੇਰੇ, ਤਿੱਤਰ, ਉਹ ਕਿਤੇ ਫੜ ਕੇ ਰੱਖਿਓ ਸੀ, ਉਹ ਸਭ ਕੁਛ ਨਾ ਉੱਦਾਂ ਲੈਂਦੇ ਰਹੇ। ਲਾਉਣੀ ਤਾਂ ਉਹਦੀ ਛਿੱਲ ਸੀ, ਮਗਰੋਂ ਚਾਰ ਜੁੱਤੀਆਂ ਮਾਰੀਆਂ, ਲਾਂਭੇ ਮਾਰਿਆ ਕੱਢ ਕੇ। ਦੇਖੋ ਜੀ, ਹਾਸੇ ਨਾਲ ਵੀ ਤਲਕ ਆ, ਪਸ਼ੂ ਕਿਸੇ ਪਾਸੇ ਖੇਤ 'ਚ ਵੜਦਾ ਤਾਂ ਉਹਦੇ ਡੰਡਾ ਹੀ ਮਾਰਨਾ, ਡੰਡਾ ਹੀ ਪੈਣਾ ਤਾਂ ਉਹਨੂੰ ਮੁੜਨਾ। ਇਹ ਗੱਲ ਇਹ ਹੁੰਦੀ ਹੈ ਵੀ ਅਗਲੇ ਨੇ ਉਹ ਜਿਹੜੇ ਹੱਸਣ ਦੀ ਗੱਲ ਕਰਨੀ ਆ, ਉਹ ਜਿਹੜੇ ਉਹ ਚਮੋਟਾ ਮਾਰਨਾ ਤਾਂ ਉਹਨਾਂ ਕੋਈ ਸੱਟ ਵੀ ਲੱਗਦੀ ਆ। ਅਸੀਂ ਤਾਂ ਮੈਂ ਨਾ ਮੋਸ਼ਨ ਵੀ ਕਰਨਾ ਤਾਂ ਜਾਨੋ ਸੱਟ ਵੀ ਲੱਗਦੀ ਆ ਅਤੇ ਦੁਨੀਆ ਦਾ ਹਾਸਾ ਵੀ ਹੋ ਜਾਂਦਾ। ਮਹਿਫਲ ਲੱਗੀ ਹੋਵੇ, ਪੀਰਾਂ ਪੀਰਾਂ ਦੀ ਮਹਿਫਲ ਲੱਗੀ ਹੋਵੇ, ਹਾਂਜੀ ਸਰਦਾਰਾਂ ਦੀ ਮਹਿਫਲ ਹੋਵੇ, ਪੜ੍ਹਿਆ ਲਿਖਿਆ ਦੀ ਮਹਿਫਲ ਹੋਵੇ, ਉੱਥੇ ਕੀ ਕਹੀਦਾ? ਭਾਈ ਸਾਹਿਬ, ਅੱਛਾ ਆਪਕਾ ਵਾਲਿਦ ਸਾਹਿਬ ਰਾਜ਼ੀ ਹੈ? ਅੱਛਾ ਵਾਲਿਦ ਸਾਹਿਬ, ਵਿੱਚ ਲਿੱਦ ਕਿੰਨੀ ਕਮਾ ਲਈ?